ਝੋਨੇ ਦੀ ਖਰੀਦ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਵੱਲੋਂ ਡੀਸੀ ਦਫ਼ਤਰ ਦਾ ਘਿਰਾਓ ਕੀਤਾ ਗਿਆ। ਲਗਾਤਾਰ ਪਹਿਲਾਂ MLA ਦੇ ਬਾਰ ਦੇ ਅੱਗੇ ਧਰਨੇ ਦੇ ਰਹੇ ਸੀ, ਅੱਜ ਡਿਪਟੀ ਕਮਿਸ਼ਨਰ ਮਾਨਸਾ ਦੇ ਦਫ਼ਤਰ ਅੱਗੇ ਵਿਸ਼ਾਲ ਧਰਨਾ ਹੈ ਜਿਹੜਾ ਕਿਸਾਨਾਂ ਵੱਲੋਂ ਦਿੱਤਾ ਜਾ ਰਿਹਾ। ਲੰਮੇ ਸਮੇਂ ਤੋਂ ਕਿਸਾਨ ਜਿਹੜਾ ਮੰਡੀਆਂ ਦੇ ਵਿੱਚ ਖੱਜਲ ਖੁਆਰ ਹੋ ਰਿਹਾ ਹੈ। ਇਸ ਤੋਂ ਇਲਾਵਾ ਸੈਲਰ ਮਾਲਕ ਵੱਡੇ ਪੱਧਰ 'ਤੇ ਕਿਸਾਨਾਂ ਤੋਂ ਝੋਨੇ 'ਤੇ ਕਾਟ ਲੈ ਰਹੇ ਹੈ, ਜਿਸ ਦੇ ਗੁੱਸੇ ਵਿੱਚ ਆਏ ਕਿਸਾਨ ਲਗਾਤਾਰ ਸੰਘਰਸ਼ ਦੇ ਰਾਹ ਪਏ ਹੋਏ ਹੈ। ਸਾਡੇ ਨਾਲ ਕਿਸਾਨ ਨੇਤਾ ਨੇ ਇਹਨਾਂ ਤੋਂ ਪੁੱਛਦੇ ਹਾਂ। ਪ੍ਰਧਾਨ ਜੀ, ਅੱਜ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਅਤੇ ਇਸ ਤੋਂ ਪਹਿਲਾਂ ਜਿਹੜੇ MLA ਉਹਨਾਂ ਦੇ ਬਾਹਰ ਅੱਗੇ ਧਰਨਾ ਦੇ ਰਹੇ ਸੀ, ਕੀ ਹੋਇਆ? ਦੇਖੋ, ਅਸੀਂ ਪਿਛਲੇ 11 ਦਿਨਾਂ ਤੋਂ ਲਗਾਤਾਰ ਜਿਹੜੇ MLA ਦੇ ਬਾਹਰ ਗਏ ਬੈਠੇ ਹਾਂ, ਟੋਲ ਪਲਾਜ਼ੇ ਫ੍ਰੀ, ਕਿਉਂਕਿ ਮਾਨਸਾ 'ਚ 3 ਜਗ੍ਹਾ ਦੇ ਉੱਤੇ ਖੁਦ ਰਾਮ ਜੀ, ਵਿਜੇ ਸਿੰਗਲਾ ਜੀ ਔਰ ਗੁਰਪ੍ਰੀਤ ਬਣਾਵਾਲੀ ਜੀ, ਇਹ 3 MLA ਦੇ ਬਾਹਰ ਗਏ ਬੈਠੇ ਹਾਂ। ਕੁਛ ਮੰਡੀਆਂ ਦੇ ਵਿੱਚ ਜਿਹੜੀ ਖਰੀਦ ਹੈ ਉਹ ਸ਼ੁਰੂ ਹੋਈ ਹੈ, ਪਰ ਬਹੁਤ ਸਾਰੀਆਂ ਮੰਡੀਆਂ ਅਜੇ ਜਿੱਥੇ ਇੰਸਪੈਕਟਰ ਗਏ ਨੇ ਉਹਦੀ ਬਕਾਇਦਾ ਸਾਡੇ ਕੋਲ ਲਿਸਟ ਬਣੀ ਹੈ। ਤਾਂ ਜਦੋਂ ਅਸੀਂ ਵਾਰ ਵਾਰ ਇਹਨਾਂ ਅਧਿਕਾਰੀਆਂ ਨਾਲ ਗੱਲ ਕਰਦੇ ਹਾਂ ਜਾਂ SDM ਦੇ ਧਿਆਨ 'ਚ ਲਿਆਉਂਦਾ ਜਾਂ ਹੋਰਾਂ ਅਧਿਕਾਰੀਆਂ ਨਾਲ ਗੱਲ ਕੀਤੀ ਵੀ ਜਿੱਥੇ ਅਜੇ ਖਰੀਦ ਸ਼ੁਰੂ ਨਹੀਂ ਹੋਈ ਉੱਥੇ ਤੁਸੀਂ ਖਰੀਦ ਇੰਸਪੈਕਟਰ ਨੂੰ ਕਿਉਂ ਨਹੀਂ ਭੇਜਦੇ? ਮਤਲਬ ਲਾ ਰਹੀ ਆ ਕਿ ਹਾਂ ਜੀ ਗੱਲ ਚੱਲ ਰਹੀ ਹੈ, ਅਸੀਂ ਪ੍ਰਬੰਧ ਕਰ ਰਹੇ ਹਾਂ, ਔਰ ਜਿੱਥੇ ਜਿੱਥੇ ਕਿਤੇ ਕਈ ਥਾਵਾਂ 'ਤੇ ਲਿਫਟਿੰਗ ਦੀ ਸਮੱਸਿਆ ਹੈ, ਕਈ ਥਾਵਾਂ 'ਤੇ ਬਾਰਦਾਨੇ ਦੀ ਸਮੱਸਿਆ ਹੈ, ਵੀ ਯਾਨੀ ਸਾਡੇ ਜਿਹੜਾ ਲਗਾਤਾਰ 11-12 ਦਿਨਾਂ ਤੋਂ ਬੈਠੇ ਹਾਂ ਉਹਦੇ ਦਬਾਅ ਸਦਕਾ ਖਰੀਦ ਤਾਂ ਜਿਹੜੀ ਸ਼ੁਰੂ ਕੀਤੀ ਹੈ ਪਰ ਅਧੂਰੀ ਹੈ। ਬਹੁਤ ਸਾਰੀਆਂ ਮੰਡੀਆਂ 'ਚ ਅਜੇ ਪੈਰ ਧਰਿਆ ਨਹੀਂ, ਜਿੱਥੇ ਧਰਿਆ ਉੱਥੇ ਮਤਲਬ ਢਿੱਲ ਵਰਤ ਜਿਹੜੇ ਚੱਲਦੀ ਹੈ। ਕੁਝ ਮੰਡੀਆਂ ਦਾ ਜਿਹੜਾ ਆਇਆ ਵੀ ਜਿੱਥੇ ਕਿਸਾਨ ਮਜ਼ਦੂਰ ਹੈ ਉਹਨੂੰ ਮਤਲਬ ਕਹਿ ਦਿੱਤਾ ਜਾਂਦਾ ਵੀ ਜਦੋਂ 15 ਦਿਨ ਹੋ ਗਏ, 20 ਦਿਨ ਹੋ ਗਏ ਬੈਠੇ ਨੂੰ, ਵੀ ਇਹ ਵਿਕਣੀ ਨਹੀਂ। ਅੱਗੇ ਤਾਂ ਇਹ ਕਹਿੰਦੇ ਹੁੰਦੇ ਕਿ ਤੇਰਾ ਮੋਚਰ ਜ਼ਿਆਦਾ ਹੈ, 17 ਤੋਂ ਮੋਚਰ ਵੱਧ ਹੈ, 20 ਹੈ, 22 ਹੈ ਜਾਂ 18, ਇਹ ਲੈਂਦੇ ਨੇ। ਹੁਣ ਪੰਗਾ ਦੂਸਰਾ ਹੋ ਗਿਆ, ਹੁਣ ਕਹਿੰਦੇ ਆ ਕਿ ਜਿਹੜਾ 17 ਮੋਚਰ ਚਾਹੀਦਾ ਸੀ ਤੁਹਾਡੀ ਜੀਵੀ ਦਾ 12 ਮੋਚਰ ਹੈ ਜਾਂ 13 ਮੋਚਰ ਹੈ, ਇਹ ਸੁੱਕ ਜ਼ਿਆਦਾ ਗਈ, ਇਹ ਟੁੱਟੂਗੀ, ਹੁਣ ਤੁਸੀਂ ਕਾਟ ਦੇ ਦਿਓ। ਜਾਣੀ ਇਸ ਤਰ੍ਹਾਂ ਪਹਿਲਾਂ ਵੱਧ ਮੋਚਰ ਕਹਿ ਕੇ ਲੁੱਟਣਾ, ਹੁਣ ਜੇ ਗਰਮੀ ਜ਼ਿਆਦਾ ਪੈ ਗਈ, 15 ਦਿਨ 20 ਦਿਨ ਕੋਈ ਮੰਡੀ 'ਚ ਪਈ ਨੂੰ ਹੋ ਗਏ, ਉਹਦਾ ਮੋਚਰ ਘੱਟ ਗਿਆ, 12, 13, 14 ਆ ਗਿਆ, ਹੁਣ ਇਹ ਬਹਾਨੇ। ਜਾਣੀ ਅੱਜ ਅਸੀਂ DC ਸਾਹਿਬ ਦੇ ਜਿਹੜੇ ਦਫ਼ਤਰ ਦਾ ਘਿਰਾਓ ਕੀਤਾ, ਜੇ ਅੱਜ ਵੀ ਸਾਡਾ ਮਸਲਾ ਹੱਲ ਨਹੀਂ ਹੋਇਆ, ਅਸੀਂ ਜਿੱਥੇ MLA ਦੇ ਵਾਰੀ ਬੈਠੇ ਹਾਂ ਤਾਂ ਹੋ ਸਕਦਾ ਸਾਨੂੰ ਲਗਾਤਾਰ ਇਸ ਦਫ਼ਤਰ ਦੇ ਮੂਹਰੇ ਵੀ ਬੈਠਣਾ ਪਵੇ। ਜਿੰਨਾ ਚਿਰ ਸਾਡਾ ਝੋਨਾ ਨਹੀਂ ਵਿਕਦਾ ਉਹਨਾਂ ਚਿਰ ਅਸੀਂ ਲੜਾਂਗੇ। ਦੁੱਖ ਦੀ ਗੱਲ ਹੈ ਕਿ ਅੱਜ ਸਾਨੂੰ 3 ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ। ਇੱਕ ਤਾਂ ਝੋਨਾ ਮੰਡੀਆਂ ਦੇ ਵਿੱਚ ਵਿਕ ਨਹੀਂ ਰਿਹਾ, ਦੂਜਾ ਅਗਲੀ ਫਸਲ ਬੀਜਣੀ ਹੈ, ਵਾਹਣ ਵਿਹਲੇ ਕਰਨੇ, ਪਰਾਲੀ ਦੇ ਅੱਗ ਦਾ ਮਸਲਾ ਹੈ, ਤੀਜਾ DAP ਨਹੀਂ ਮਿਲ ਰਹੀ। ਹੁਣ ਜਿਹੜਾ ਝੋਨਾ ਮੰਡੀਆਂ 'ਚ ਪਿਆ ਉੱਥੇ ਤਾਂ ਕੋਈ ਅਫਸਰ ਜਾਂਦਾ ਨਹੀਂ, ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਵਾਸਤੇ ਜਾਣੀ ਬਕਾਇਦਾ ਅਫਸਰਾਂ ਦੀਆਂ ਡਿਊਟੀਆਂ ਲਾਤੀਆਂ, ਜਿੰਨੇ ਸਿਵਲ ਦੇ ਅਫਸਰ ਹੈ ਉਹਨਾਂ ਨੂੰ ਨਾਲ ਪੁਲਿਸ ਪਾਰਟੀਆਂ ਦਿੱਤੀਆਂ ਵੀ ਜਿੱਥੇ ਕੋਈ ਕਿਸਾਨ ਅੱਗ ਲਾਉਂਦਾ ਉਹਨਾਂ ਦੇ ਪਰਚੇ ਦਰਜ ਕਰ ਦਿਓ, ਉਹਨਾਂ ਨੂੰ ਜਵਾਨੇ ਕਰ ਦਿਓ, ਉਹਨਾਂ ਦੀਆਂ ਰਲ ਐਂਟਰੀ ਪਰ। ਜਿਹੜਾ ਕੰਮ ਇੱਧਰ ਮੰਡੀਆਂ 'ਚ ਕਰਨ ਵਾਲਾ ਉੱਥੇ ਕੋਈ ਜਾ ਰਹੇ, ਇਸ ਕਰਕੇ ਬੇਇਨਸਾਫੀ ਹੈ, ਅਸੀਂ ਲੜ ਰਹੇ ਹਾਂ। ਪ੍ਰਧਾਨ ਜੀ, ਕੀ ਕਹੋਗੇ ਲਗਾਤਾਰ ਕਿਸਾਨ ਹੈ ਜਿਹੜਾ ਮੰਡੀਆਂ 'ਚ ਬੈਠਾ ਅਤੇ ਹੁਣ ਨਵੀਂ ਦੀ ਨਵੀਂ ਸ਼ਰਤ ਲਾ ਰਹੀ? ਅਸੀਂ ਲਗਾਤਾਰ 18 ਤਰੀਕ ਤੋਂ MLA ਦੇ MPਆਂ ਦੇ 12 ਮੂਹਰੇ ਬੈਠੇ ਹਾਂ, ਭਾਜਪਾ ਦੇ ਆਗੂਆਂ ਦੇ 12 ਮੂਹਰੇ ਵੀ ਬੈਠੇ ਹਾਂ ਜੀ। ਉਦੋਂ ਤਾਂ ਅਸੀਂ ਖਰੀਦ ਕਰਾਉਣ ਵਾਸਤੇ ਬੈਠੇ ਸੀਗੇ, ਹੁਣ ਜੇ ਖਰੀਦ ਮਾੜੀ ਮੋਟੀ ਸ਼ੁਰੂ ਹੋਈ ਹੈ ਤਾਂ ਉਹ ਮੰਡੀਆਂ ਦੇ ਵਿੱਚ ਲੁੱਟ ਹੋ ਰਹੀ ਹੈ ਕਿ ਕਿਸਾਨਾਂ ਦੀ, ਕਿਸਾਨ ਬੇਬਸ ਹੋਏ, ਉਹਦੇ ਵਿੱਚ ਕਾਟ ਦੇ ਰਹੇ ਨੇਗੇ, ਕਿਸੇ ਤੋਂ 100 ਰੁਪਇਆ ਕਾਟ, ਕਿਸੇ ਤੋਂ 150 ਰੁਪਇਆ ਕਾਟ, ਕਿਸੇ ਤੋਂ 200 ਕਾਟ, ਐਂ ਕਾਟ ਨਾਲ ਹੀ ਝੋਨਾ ਖਰੀਦ ਰਹੇ ਨੇ ਜਿਹੜੇ ਇੱਥੋਂ ਦੇ ਅਫਸਰ ਨੇ DFSC, ਉਹ ਮਿਲ ਕੇ ਕਿਸਾਨਾਂ ਦੀ ਲੁੱਟ ਕਰ ਰਹੇ ਨੇਗੇ। ਇਹ ਲੁੱਟ ਬਰਦਾਸ਼ਤ ਨਹੀਂ ਕਰਾਂਗੇ, ਇਸੇ ਕਰਕੇ ਅੱਜ DC ਸਾਹਿਬ ਦਾ ਦਫ਼ਤਰ ਘੇਰਿਆ ਹੋਇਆ ਗਾ। ਜਿੰਨਾ ਚਿਰ ਇਹ ਸਾਡੀ ਲੁੱਟ ਦਾ ਕੋਈ ਉਹ ਨਹੀਂ ਕਰਦੇ, ਹੱਲ ਨਹੀਂ ਕਰਦੇ, ਉਨਾ ਚਿਰ ਅਸੀਂ ਇਹ DC ਦੇ ਬਾਹਰ ਕੇ ਬੈਠਾਂਗੇ। ਬਿਲਕੁਲ, ਕਿਸਾਨਾਂ ਦਾ ਕਹਿਣਾ ਕਿ ਪਹਿਲਾਂ ਨਵੀਂ ਜ਼ਿਆਦਾ ਹੁੰਦੀ ਸੀ ਤਾਂ ਕਾਟ ਹੈ ਜਿਹੜੀ ਕਿਸਾਨਾਂ ਤੋਂ ਲਈ ਜਾਂਦੀ ਸੀ, ਹੁਣ ਝੋਨਾ ਜਿਹੜਾ ਜ਼ਿਆਦਾ ਸੁੱਕ ਗਿਆ, ਹੁਣ ਕਹਿੰਦੇ ਨਵੀਂ ਘੱਟ ਹੈ, ਇਸ ਕਰਕੇ ਕਿਸਾਨਾਂ ਤੋਂ ਕਾਟ ਲਈ ਜਾਂਦੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ DC ਦਫ਼ਤਰ ਦਾ ਜਿਹੜਾ ਅਨਿਸ਼ਚਿਤ ਕਾਲ ਵਾਸਤੇ ਧਰਨਾ ਜਾਰੀ ਰਹੇਗਾ। ਦੇਵ ਸ਼ਰਮਾ, ਨਿਊਜ਼ 18, ਮਾਨਸਾ।